ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਂ ਦਾ SKB ਨਿਊਜ਼ ਚੈਨਲ ਵਿੱਚ ਸਵਾਗਤ ਕਰਦਾ ਹਾਂ। ਭੋਲੇ ਬੰਮ ਬੰਮ ਭੋਲੇ ਬੰਮ ਬੰਮ ਭੋਲੇ ਬੰਮ ਬੰਮ ਭੋਲੇ ਬੰਮ ਬੰਮ ਮਾਤਾ ਜੀ, ਮੰਦਰ ਦਾ ਕੀ ਨਾਮ ਆ ਜੀ? ਸ਼ਿਵ ਸ਼ਕਤੀ ਮੰਦਰ। ਕਿੰਨੇ ਸਾਲਾਂ ਤੋਂ ਮੰਦਰ ਬਣਿਆ ਜੀ? ਇਹ ਹੋ ਗਏ 35 ਸਾਲ। ਕਦੋਂ ਤੋਂ ਤੁਸੀਂ ਸੇਵਾ ਕਰ ਰਹੇ ਹੋ? 30 ਸਾਲ ਤੋਂ। ਠੀਕ ਹੈ ਜੀ। ਕੀ ਨਾਮ ਆ ਜੀ ਤੁਹਾਡਾ? ਸ਼੍ਰੀਮਤੀ ਕਾਂਤਾ ਰਾਣੀ। ਠੀਕ ਹੈ ਜੀ। ਤੁਹਾਡੇ ਮੈਂਬਰਾਂ ਦਾ ਕੀ ਨਾਮ ਆ ਜੀ? ਮੇਰੇ ਮੈਂਬਰਾਂ ਦਾ ਨਾਮ ਹੈਗਾ ਚੇਅਰਮੈਨ ਕਮਲ ਕਿਸ਼ਨ। ਤੇ ਅੱਜ ਭੋਲੇਨਾਥ ਜੀ ਦਾ ਵਿਆਹ ਆ ਜੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ? ਇਲਾਕਾ ਨਿਵਾਸੀਆਂ ਨੇ ਸਵੇਰ ਤੋਂ ਸਾਡੇ ਨਾਲ ਬਹੁਤ ਸਾਥ ਦਿੱਤਾ ਹੈ ਅਤੇ ਧੰਨਵਾਦ ਕਰਦੇ ਉਹਨਾਂ ਦਾ ਅਤੇ ਵਧਾਈ ਦੇ ਪਾਤਰ ਨੇ। ਅਤੇ ਸਾਡੇ ਹੁਣ ਇਸ ਟਾਈਮ 9 ਤੋਂ 12 ਸ਼ਿਵ ਸ਼ਿਵ ਭੋਲੇਨਾਥ ਦਾ ਵਿਆਹ ਹੋ ਰਿਹਾ, ਜੰਗਮ ਆ ਰਹੇ ਨੇ ਸਾਨੇਵਾਲ ਤੋਂ। ਹਾਂਜੀ ਸਰ, ਤੁਹਾਡਾ ਕੀ ਅਹੁਦਾ ਜੀ ਇੱਥੇ? ਮੈਂ ਸ਼੍ਰੀ ਸ਼ਿਵ ਸ਼ਕਤੀ ਮੰਦਰ ਦਾ ਜਨਰਲ ਸੈਕਟਰੀ ਹੈ ਜੀ। ਤੁਹਾਨੂੰ ਕਿੰਨੇ ਸਾਲ ਹੋ ਗਏ ਜੀ? ਮੈਨੂੰ ਮੈਕਸੀਮਮ 30 ਸਾਲ ਹੋ ਗਏ ਨੇ ਜੀ ਸੇਵਾ ਕਰਦੇ ਹਾਂ। ਅੱਜ ਦਾ ਰਾਤ ਦਾ ਕੀ ਪ੍ਰੋਗਰਾਮ ਹੈ ਤੁਹਾਡਾ? ਅੱਜ ਸਾਡੇ ਜੰਗਮ ਬਾਬਾ ਜੀ ਸਾਨੇਵਾਲ ਤੋਂ ਸ਼ਿਵ ਵਿਵਾਹ ਕਰਨਗੇ। ਬੜੀ ਸ਼ਰਧਾ ਅਤੇ ਭਾਵਨਾ ਨਾਲ ਪਬਲਿਕ ਇੱਥੇ ਪਹੁੰਚੇਗੀ, ਜਿਹਦਾ ਸਾਨੂੰ ਪੂਰਾ ਸਹਿਯੋਗ ਹੁੰਦਾ ਹੈ ਹਰ ਸਾਲ। ਪਬਲਿਕ ਨੂੰ ਦੇਖੋ ਜੀ, ਸਵੇਰ ਤੋਂ ਪਬਲਿਕ ਵੈਸੇ ਤਾਂ ਬਹੁਤ ਆਈ ਹੈ, ਇਨਵਾਈਟ ਅਸੀਂ ਹਰ ਟਾਈਮ ਹਰ ਸਾਲ ਇਨਵਾਈਟ ਕਰਦੇ ਹਾਂ। ਪਬਲਿਕ ਸਾਡੇ ਨਾਲ ਹੈ, ਅਸੀਂ ਪਬਲਿਕ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸ਼੍ਰੀ ਸ਼ਿਵ ਸ਼ਕਤੀ ਮੰਦਰ ਵਿੱਚ ਅੱਜ ਦੇ ਸ਼ਿਵ ਵਿਵਾਹ ਦੇ ਸ਼ੁਭ ਦਿਹਾੜੇ 'ਤੇ ਸ਼੍ਰੀ ਸ਼ਿਵ ਸ਼ਕਤੀ ਮੰਦਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਸ਼ਿਵ ਗੌਰਾਂ ਦੇ ਵਿਆਹ ਦਾ ਆਨੰਦ ਮਾਣੋ, ਆਸ਼ੀਰਵਾਦ ਲਓ। ਜੈ। ਰਾਤ ਨੂੰ ਲੰਗਰ ਲਾਏ ਜਾਣਗੇ ਜੀ। ਲੰਗਰ ਦੁੱਧ ਕੇਸਰ ਵਾਲਾ ਦੁੱਧ ਲਗਾਇਆ ਜਾਵੇਗਾ। ਕਿੰਨੇ ਵਜੇ ਲੱਗੂਗਾ ਜੀ? ਇਹ ਮੈਕਸੀਮਮ 10 ਵਜੇ ਵੀ ਲੱਗੇਗਾ, ਉਸ ਤੋਂ ਬਾਅਦ 11:30 ਵਜੇ ਫਿਰ ਲੱਗੇਗਾ। ਨਹੀਂ ਸਤਸੰਗ ਨਹੀਂ, ਸ਼ਿਵ ਵਿਵਾਹ ਕੀਤਾ ਜਾਏਗਾ ਜੰਗਮਾਂ ਦੁਆਰਾ। ਨਹੀਂ ਜੰਗਮਾਂ ਦੇ ਦੁਆਰਾ, ਜੰਗਮ ਸ਼ਿਵ ਬਾਬਾ ਦੇ ਜੰਗਮ ਆਉਂਦੇ ਨੇ, ਉਹ ਵਿਆਹ ਕਰਦੇ ਨੇ। ਕੱਲ੍ਹ ਦੇਖੋ ਜੀ, ਪੂੜੀਆਂ ਛੋਲੇ ਦਾ ਲੰਗਰ ਔਰ ਹਲਵੇ ਦਾ ਲੰਗਰ ਲਗਾਇਆ ਜਾਵੇਗਾ। ਇਹ ਦੁਪਹਿਰੇ 12:30 ਮੈਕਸੀਮਮ ਸਟਾਰਟ ਕਰਦੇ ਹਾਂ ਕਿ ਅਸੀਂ 3:30-4 ਵੱਜ ਜਾਂਦੇ ਨੇ। ਹਾਂਜੀ ਸਰ, ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਕਮਲ ਸ਼ਰਮਾ ਜੀ। ਤੁਹਾਡਾ ਕੀ ਅਹੁਦਾ ਜੀ ਮੰਦਰ ਦੇ ਵਿੱਚ? ਮੈਂ ਸ਼ਿਵ ਸ਼ਕਤੀ ਮੰਦਰ ਦਾ ਚੇਅਰਮੈਨ ਹਾਂ ਜੀ, ਅਤੇ ਸਾਡੇ ਪ੍ਰਧਾਨ ਬੀਬੀ ਕਾਂਤਾ ਰਾਣੀ ਜੀ, ਅਤੇ ਜਨਰਲ ਸੈਕਟਰੀ ਰਾਮ ਕ੍ਰਿਸ਼ਨ ਜੀ, ਅਤੇ ਸਾਡੇ ਪੁਜਾਰੀ ਰਘਵੀਰ ਸ਼ਰਮਾ ਜੀ ਨੇ। ਅਤੇ ਇਹ ਜਿਹੜਾ ਮੰਦਰ ਆ, ਇਹ ਅਸੀਂ ਬਹੁਤ ਧੂਮਧਾਮ ਦੇ ਨਾਲ ਇਹਦੇ ਵਿੱਚ ਸ਼ਰਧਾ ਦੇ ਨਾਲ ਹਰੇਕ ਦਾ ਤਿਉਹਾਰ ਮਨਾਉਂਦੇ ਹਾਂ। ਜਨਮ ਅਸ਼ਟਮੀ ਦਾ ਤਿਉਹਾਰ ਅਤੇ ਸ਼ਿਵਰਾਤਰੀ ਦਾ ਤਿਉਹਾਰ, ਜਿਹੜਾ ਵੀ ਤਿਉਹਾਰ ਆਉਂਦਾ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਔਰ ਜਨਤਾ ਦਾ ਬਹੁਤ ਸਹਿਯੋਗ ਆ। ਇਸ ਗੱਲ ਤੋਂ ਅਸੀਂ ਜਨਤਾ ਦੇ ਬਹੁਤ ਰਿਣੀ ਆ ਅਤੇ ਉਹ ਇਸ ਮੰਦਰ ਦੇ ਨਾਲ ਇੰਨੀ ਜਨਤਾ ਜੁੜੀ ਹੋਈ ਆ ਕਿ ਸਵੇਰ ਤੋਂ ਅੱਜ ਦੀਆਂ ਜਿਹੜੀਆਂ ਸੜਕਾਂ ਸੀ ਜਲ ਚੜ੍ਹਾਉਣ ਵਾਸਤੇ ਭੋਲੇ ਸ਼ੰਕਰ ਨੂੰ, ਉਹ ਸੜਕ ਤੱਕ ਲਾਈਨਾਂ ਲੱਗੀਆਂ ਹੋਈਆਂ ਸੀ। ਅਤੇ ਇਸ ਕਰਕੇ ਅਸੀਂ ਜਨਤਾ ਨੂੰ ਅੱਜ ਦੇ ਦਿਨ ਦੇ ਉੱਤੇ ਲੱਖ ਲੱਖ ਵਧਾਈ ਦਿੰਦੇ ਹਾਂ ਅਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਹਨਾਂ ਨੇ ਸਾਨੂੰ ਇੰਨਾ ਸਹਿਯੋਗ ਦਿੱਤਾ। ਅੱਜ ਸਾਡੇ ਮੰਦਰ ਦੇ ਵਿੱਚ ਸ਼ਾਮ ਨੂੰ ਰਾਤ ਨੂੰ ਹੁਣ ਜੰਗਮ ਬਾਬਾ ਸਾਹਨੇਵਾਲ ਬਾਰੇ ਆ ਰਹੇ ਨੇ, ਜਿਹੜੇ ਸ਼ਿਵ ਵਿਵਾਹ ਕਰਨਗੇ ਅਤੇ ਉਸ ਤੋਂ ਬਾਅਦ ਅਸੀਂ ਰਾਤ ਨੂੰ ਪਬਲਿਕ ਨੂੰ ਜੋ ਵੀ ਸਾਡੇ ਸ਼ਰਧਾਲੂ ਆਉਣਗੇ ਉਹਨਾਂ ਨੂੰ ਕੇਸਰ ਦੁੱਧ ਦਿੱਤਾ ਜਾਊਗਾ ਅਤੇ ਸਵੇਰ ਨੂੰ ਅਸੀਂ ਛੋਲੇ ਪੂਰੀਆਂ ਦਾ ਭੰਡਾਰਾ ਅਤੇ ਨਾਲ ਕੜਾਹ ਪ੍ਰਸ਼ਾਦ ਦਾ ਭੰਡਾਰਾ ਕਰਾਂਗੇ। ਇਹ ਸਾਰਾ ਜਨਤਾ ਦਾ ਸਹਿਯੋਗ ਆ, ਅਸੀਂ ਜਨਤਾ ਦੇ ਬਹੁਤ ਬਹੁਤ ਰਿਣੀ ਹਾਂ ਅਤੇ ਸਾਰੀ ਜਨਤਾ ਨੂੰ
ਸਾਡੇ ਹਿੰਦੁਸਤਾਨੀਆਂ ਨੂੰ ਇਸ ਸ਼ਿਵਰਾਤਰੀ ਉੱਤੇ, ਮਹਾਂ ਸ਼ਿਵਰਾਤਰੀ ਦੇ ਉੱਤੇ ਲੱਖ ਲੱਖ ਵਧਾਈ ਦਿੰਦੇ। ਜੈਕਾਰਾ ਬੋਲੋ ਜੀ, ਜੈਕਾਰਾ ਭੋਲੇ ਭੰਡਾਰੀ ਦਾ, ਦਰਬਾਰ ਕੀ ਜੈ, ਦਰਬਾਰ ਕੀ ਜੈ, ਦਰਬਾਰ ਕੀ ਜੈ, ਮਾਤਾ ਦਾ ਵੀ ਜੈਕਾਰਾ ਲਾ ਦੋ ਜੀ, ਜੈਕਾਰਾ ਮਾਂ ਸ਼ੇਰਾਂ ਵਾਲੀ ਜੀ ਦਾ, ਜੈਕਾਰਾ ਮਾਂ ਪਾਰਵਤੀ ਜੀ ਦਾ, ਜੈਕਾਰਾ ਵੀਰ ਬਜਰੰਗ ਹਰ ਹਰ ਮਹਾਦੇਵ।